हाँ चीज लगती कैपेचिनो इधर ही पा दी। अच्छा देख ला स्वाद फायदा हुआ था तप्पी करके गाने आ गया। आ चक्को अखबार सारा पढ़ता, दो दिन के अखबार थे मेरे को, दो दिन के अखबार बढ़ने थे मैं, पर ना बढ़ने नहीं, हम बढ़ने तो याद आई जाता भी जी गोभी सरों पट्टी बढ़ने बढ़ना हो जाता, बढ़ने दो दिन अखबार से पढ़ने पे तो सारे पढ़ते मैं, खबर उ जड़े चल दी हैं, भ्रिष्टाचार खत्म करा, वो खत्म करा, नशे के विरुद्ध असं लड़ाई करा, इस सारी मैं तो जद सोची समझ मैं यही गल सुन आई है, भ्रिष्टाचार के खिलाफ लड़ाई करना कि चल होर लड़ाई लड़नी है तुम आ देखो जो थोड़े थोड़े करके दिखावा एक थोड़े दिखाता थोड़ा मैं एक मिनट खोलो 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 खबर कितने आई खबर इधर साइड पर मैं पूरी खबर नहीं दिखा सकता मैं कल ये कॉपी लड़ पे इधर ये हलो जी भ्रिष्टाचार से भाई भाई भतीजवाद तो देश में आजाद आजाद करावे किन्ना क टाइम आजाद करवावे घंटा क टाइम लाओगे होर हाले किन्ने क साल चाहिए है भाई कौन आ के दिखाई पिछले दिन करके ये मेरी भैन जे कि शौंगी है शौंगी 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 लो जी अपने आई पी एल देख लिया तो हूँ आप देखते हैं मैं एक फिल्म चलती है जियो सिनेमा पर तो वह मैं कई पार्टा में देखता जिदा आह फिल्म दिखा थल उपर जाके मैं शुरू कर लगा फिल्म जिदा हूँ हद ही देख ली आह कि देरी मेरी दौरिया क्या चीज धर्म संकट मूवी है बड़ी सोहनी मूवी है ये ना भी जो परेश रावला सामने परेश रावला हिंदू हों बाद पता लगता जो असल पाप वह मुस्लिम है उसके अर्ध कद स्टोरी घूम दिया हले एंड पर देखना हाले मैं ये मैं अद्ध तो ज़्यादा देख चुका हले एंड रह गया बड़ी हासी मजाक चलता बिच कुछ बनाई हुई है बिच जो इधर दूजा परेश रावल तू क्या हूँ मतलब नशीरुद्दीन शाह बिच वो कुछ होर आइटम दिखाई हुई है एक जो एक्टर का मैं नाम नहीं है देख लेने मूवी है जरूर देखो ये जियो सिनेमा पर जियो सिनेमा पर जाके लभ लियो ये जियो सिनेमा जो ऐप है ना मोबाइल च या टीवी च भर के तुम जियो सिनेमा पर आई हुई है फ्री चाहे लो जी होगी मूवी खत्म सोहनी थी मूवी ਸਤਿ ਸ਼੍ਰੀ ਅਕਾਲ ਵੀ ਕੀ ਹਾਲ ਹੈ ਹੋਰ ਕੀ ਕਰਦੇ ਵੀ ਠੀਕ ਠਾਕ ਮੇਰਾ ਕਹਦਾ ਆਸਰਾ ਰੱਬ ਦਾ ਆਸਰਾ ਪੰਨੋ ਉਹ ਠੀਕ ਠਾਕ ਹੈ ਉਹ ਨਾ ਨਾ ਵੀ ਹੋ ਸੁਣਾ ਠੀਕ ਠਾਕ ਹੈ ਹਾਂ 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 ਅੱਛਾ ਮੇਰੀ ਬਾਤ ਸੁਣ ਕੇ ਆ ਗਿਆ ਬਾਹਰ ਨੂੰ ਉਹ ਕੋਈ ਨਹੀਂ ਵੀ ਰੱਬ ਦਾ ਸ਼ੁਕਰਾਨਾ ਕਰੇ ਕਰੋ ਪਤਾ ਨਹੀਂ ਕਿਹੜੇ ਰੂਪ 'ਚ ਮਿਲਦਾ ਆ ਕੇ ਹਾਂ ਬੀਬੀ ਦੀ ਭਾਈ ਮੈਂ ਥੋੜ੍ਹੀ ਬਹੁਤ ਹੈਲਪ ਕਰ ਦਿੰਦਾ ਤੇ ਬੀਬੀ ਭਾਈ ਫਿਰ ਤਰੀਫਾਂ ਕਰੀ ਮੈਂ ਭਾਈ ਰੱਬ ਦਾ ਕਰੋ ਅੱਜ ਪੂਰੀ ਟੀਮ ਇਕੱਠੀ ਹੋਈ ਅੱਜ ਅੱਜ ਟੀਮ ਵਰਕ ਪੂਰਾ ਚੱਲ ਰਿਹਾ ਅੱਜ ਪੂਰੀ ਟੀਮ ਸਾਰੀ ਇਕੱਠੀ ਹੋਈ ਹੈ ਮੇਰੀ ਕੱਢਣੀ ਹਾਲੇ ਯਾਰ ਵੱਡੀ ਆ ਮੈਂ ਵੱਡੀ ਹਾਲੇ ਤਾਂ ਹਾਂ ਚਾਚਾ ਉਹੀ ਹਾਂ ਹਾਂ ਥੋੜੇ ਚੱਕ ਲਾ ਥੋੜੇ ਚੱਕ ਲਾ ਮੇਰੇ ਪੂਲ ਲਾ ਵਿੱਚ ਮੇਰੇ ਤਾਂ ਲੱਗ ਜਾਣਾ ਹਫਤਾ ਹਾਲੇ ਹਫਤਾ ਵੱਧੇ ਟੈਂਟ ਟੋਪਾ ਲਊਂਗਾ ਉੱਪਰ ਉਹ ਮੈਂ ਇੱਧਰ ਇਕੱਠੀ ਕਰ ਲੈਣੀ ਇੱਦਾਂ ਜਿੱਦਾਂ ਸਾਰੀ ਢੇਰ ਲਾ ਕੇ ਨਾ ਫਿਰ ਦਰਸ਼ਨ ਕੱਢ ਲਾਂਗੇ ਫਿਰ ਠੀਕ ਹੈ ਟੀਮ ਵਰਕ ਚੱਲ ਰਿਹਾ ਪੂਰਾ ਇਹਨਾਂ ਦਾ ਆ ਜਾਓ ਅੰਦਰ ਨੂੰ ਆ ਜਾਓ ਸਤਿ ਸ਼੍ਰੀ ਅਕਾਲ ਇੱਧਰ ਆ ਸਾਹਮਣੇ ਆ ਇਹ ਭਾਈ ਮੁੰਡਾ ਇਹਨੇ ਵਾਲ ਰੱਖ ਲਏ ਦਮਾਲਾ ਸਜਾਇਆ ਹੋਇਆ ਮੈਨੂੰ ਕਿਆ ਕਹਿੰਦਾ ਤਾ ਹੈਂ ਵਾਲ ਰੱਖ ਲਏ ਹੋਰ ਚੀਜ਼ ਕਿਆ ਮੰਗਦਾ ਤਾ ਕਿਆ ਚੀਜ਼ ਮੰਗਦਾ ਤਾ ਪਰਨੇ ਹੀ ਮੰਗਦੇ ਤਾ ਹਾਂਜੀ ਅਲਾ ਫੜ ਇੱਕ ਫੜ ਲੈ ਇੱਕ ਇੱਕ ਫੜ ਲੈ ਇੱਕ ਠੀਕ ਹੋ ਸਰ
ਹੋਰ ਦਵਾਂ ਇੱਕ ਲੈ ਫੜ ਆ ਵੀ ਫੜ ਹੁਣ ਦੇਖ ਲੈ ਕਟਾਈ ਤੇਰੀ ਮੈਂ ਕਰਨੀ ਆ ਜੇ ਤੈਨੂੰ ਰੋਡਾ ਭੋਡਾ ਘੁੰਮਦਾ ਦੇਖ ਲਿਆ ਠੀਕ ਹੈ ਠੀਕ ਹੈ ਆ ਮੁੰਡੇ ਨੇ ਵਾਲ ਰੱਖ ਲਿਆ ਜਿੱਦਣ ਇਹਨੇ ਕਟਾਏ ਵਾਲ ਤਾਂ ਮੈਨੂੰ ਦੱਸਣਾ ਫਿਰ ਚੱਲ ਮੈਂ ਕਰ ਹੁਣ ਘੂਰਨਾ ਤੈਨੂੰ ਹਾਂ ਚੱਲ ਠੀਕ ਹੈ ਦਸ ਰੁਪਏ ਵੀ ਦੇ ਦੇ ਸਵੇਰੇ ਇੱਥੇ ਇੱਕ ਰੁਪਏ ਗਿਰਿਆ ਤਾ ਯਾਰ ਇੱਕ ਮੈਨੂੰ ਰੁਪਿਆ ਲੱਭਿਆ ਵੀ ਤਾ ਯਾਰ ਅੱਜ ਆ ਪਿਆ ਲੈ ਇੱਕ ਰੁਪਏ ਤਾਂ ਮਿਲ ਗਿਆ ਅਰੇ ਬਈਆ ਇੱਕ ਰੁਪਏ ਸੇ ਕਿਆ ਤਾ ਹੈ ਚੰਗਾ ਬਤਾ ਲੂਗੀ ਉਹ ਟੋਫੀ ਉਹਦੀ ਲੈ ਫਿਰ ਟੋਫੀ ਤਾਂ ਲੈ ਲਈ ਹੈਗੇ ਆ ਜੀ ਲੈ ਦਿਓ ਤਾਂ ਦੋਨਾਂ ਸਰ ਗਿਆ ਲੈ ਬਈ ਦੋ ਜਣੇ ਨਾ ਤੁਸੀਂ ਦੋ ਜਣੇ ਆ ਕਿੱਥੇ ਆਓ ਦਸ ਤੇਰੇ ਦਸ ਇਹਦੇ ਲੈ ਜਾ ਲੈ ਤੈਨੂੰ ਦੇ ਤਾ ਵੀ ਇਹ ਬੋਡੀ ਬੋਡੀ ਪਰ ਲਾਉਣੇ ਵਾਲਾ ਜੇ ਨਹਾਉਣ ਤੋਂ ਬਾਅਦ ਬੋਰ ਜਿਹਾ ਹੋ ਰਿਹਾ ਸੀ ਮੈਂ ਕਿਹਾ ਚੀਜ਼ ਬਣਾ ਲਈ ਮੈਂ ਪਹਿਲੇ ਪੈਸੇ ਬਣਾ ਕੇ ਪਾਈ ਤੇ ਫਿਰ ਵੀਡੀਓ 'ਚ ਫਿਰ ਬਣਾ ਲੈਂਦੇ ਜਿਹੜੇ ਬੰਦੇ ਨਹੀਂ ਦੇਖੇ ਦੁਬਾਰੇ ਦੇਖ ਲਓ ਮੈਂ ਦੋ ਕੌਫੀ ਲੈ ਜਿਹੜੇ ਸ਼ੈਸ਼ੇ ਜੀ ਇਹ ਲਿੱਤੇ ਸ਼ੈਸ਼ੇ ਇਹ ਲਿੱਤੇ ਆ ਇਹਨਾਂ ਨੂੰ ਕਰ ਲਾਂਗੇ ਓਪਨ ਆਪਾਂ ਅਤੇ ਪਾਵਾਂਗੇ ਕੱਚ ਦੇ ਗਲਾਸ ਵਿੱਚ ਜੇ ਪਿਛਲੀ ਵਾਰੀ ਬਣਾਈ ਸੀ ਨਾ ਜਿਹੜਾ ਕੱਚ ਦਾ ਗਲਾਸ ਉਹਦੇ ਬਲੈਂਡਰ ਬਲਾਈਟ ਲਿਖਿਆ ਹੋਇਆ ਤਾ ਕਹਿੰਦਾ ਬਾਈ ਬਲੈਂਡਰ ਬਲਾਈਟ ਪੀਂਦਾ ਉਹ ਕਈ ਵਾਰ ਕੱਚ ਦੇ ਗਲਾਸ ਨਹੀਂ ਦਾਰੂ ਵਾਲੇ ਮਿਲ ਜਾਂਦੇ ਆਪਾਂ ਨੂੰ ਉਹਦੇ ਵਿੱਚ ਕਿਆ ਕਹਿੰਦੇ ਆ ਦਾਰੂ ਦੇ ਨਾਲ ਫ੍ਰੀ ਮਿਲ ਜਾਂਦੇ ਉਹਦੇ ਵੀ ਲਿਖਿਆ ਤਾ ਇੱਥੇ ਬਲੈਂਡਰ ਬਲਾਈਟ ਗਲਾਸ ਦੇ ਉੱਪਰ ਇਹਨਾਂ ਦੇ ਲੋਕ ਦੇਖ ਰਹੇ ਕਿੰਨੀ ਗੌਰ ਰੱਖਦੇ ਆ ਉਹਦੇ 'ਚ ਪਾ ਲਏ ਇਹਦੇ 'ਚ ਪਾਵਾਂਗੇ ਆਪਾਂ ਦੋ ਕੱਪ ਚੀਨੀ ਦੇ ਗਲਾਸ ਉੱਤੇ ਬਹਿ ਜਾ ਚਮਚੇ ਇੱਕ ਤਾਂ ਛੋਟਾ ਹੋ ਗਿਆ ਚਮਚੇ ਮੈਂ ਕੱਢ ਲਿਆ ਚਮਚਾ ਆਪ ਪਿਆ ਦੋ ਚਮਚੇ ਚੀਨੀ ਦੇ ਠੀਕ ਹੈ ਜੀ ਥੋੜ੍ਹੀ ਜਿਹੀ ਹੋਰ ਪਾ ਲੈਂਦੇ ਅਤੇ ਆ ਦੋ ਕੱਪ ਮੈਂ ਦੁੱਧ ਦੇ ਪਾ ਲਿਆ ਦੁੱਧ ਦੋ ਕੱਪ ਹੈ ਅਤੇ ਇਹਦੇ ਥੱਲੇ ਭਾਂਕ ਵੜਦੀ ਹੈ ਦੋ ਦੋ ਜਾਂ ਢਾਈ ਚਮਚੇ ਪਾਣੀ ਦੇ ਪਾਉਣੇ ਆ ਜ਼ਿਆਦਾ ਨਹੀਂ ਪਾਉਣੇ ਹੈਗੇ ਇੱਧਰ ਦੇਖਦਾ ਹਾਂ ਇੱਕ ਚਮਚਾ ਦੋ ਚਮਚੇ ਥੋੜ੍ਹੇ ਹੋਰ ਦੋ ਜ਼ਿਆਦਾ ਨਹੀਂ ਪਾਉਣਾ ਫਿਰ ਉਹ ਚੀਜ਼ ਬਣਦੀ ਨਹੀਂ ਹੈਗੀ ਜੇ ਤੁਸੀਂ ਬਣਾਉਣੀ ਨਾ ਸਿਰਫ ਦੋ ਜਾਂ ਢਾਈ ਚਮਚੇ ਪਾਣੀ ਦੇ ਪਾਉਣੇ ਵਿੱਚ ਅਜੇ ਉੱਧਰ ਕਾੜਾ ਜਿਹਾ ਬਣ ਜਾਂਦਾ ਫਿਰ ਮੇਰੇ ਕੋਲ ਹਿਲਾ ਹੀ ਜਾਣਾ ਇਹਨੂੰ ਉੱਧਰ ਉੱਧਰ ਆਪਣੀ ਦੁੱਧ ਨੂੰ ਹੋ ਜਾਣਾ ਵਾਲ ਇੱਧਰ ਇਹਨੇ ਬਣੀ ਜਾਣਾ ਥੋੜ੍ਹਾ ਟਾਈਮ ਤਾਂ ਲੱਗਿਆ ਜਾਣਾ ਇਹਨੂੰ ਦੇਖੋ ਦੁੱਧ ਨੂੰ ਉਬਲੇ ਜਾ ਕੀ ਆ ਬੰਦ ਕਰ ਦਈਏ ਇਹ ਹੁਣ ਤੁਹਾਨੂੰ ਦਿਖਾਉਂਦਾ ਮੈਂ ਸਾਰੀਆਂ ਚੀਜ਼ਾਂ ਬਣ ਗਈਆਂ ਆਪਣੀਆਂ ਦੁੱਧ ਵੀ ਗਰਮ ਕੌਫੀ ਵੀ ਤਿਆਰ ਹੁਣ ਤੁਹਾਨੂੰ ਦਿਖਾਉਂਦਾ ਮੈਂ ਨੇੜੇ ਕਰਕੇ ਆਹ ਦੇਖੋ ਵੀ ਠੀਕ ਹੈ ਜਿੰਨੇ 'ਚ ਮੇਰੀ ਆਹ ਚਾਹ ਨੇ ਉਬਾਲੀ ਆਈ ਹੈ ਇੰਨੇ 'ਚ ਮੈਂ ਆਹ ਬਣਾ ਤਾ ਅਤੇ ਹੁਣ ਆਪਾਂ ਨੇ ਕੱਪਾਂ 'ਚ ਪਾ ਲੈਣੇ ਕੱਢੇ ਆਪਾਂ ਹਾਂ ਹਾਂ ਦੇਖੋ ਵਿੱਚ ਪਾ ਲੈਣਾ ਸਿਰ ਪੈ ਜਾਣੇ ਨੇ ਲਓ ਜੀ ਬਣ ਗਈ ਆਪਣੀ ਅਤੇ ਆਪਾਂ ਪਾ ਦੇਣੇ ਤੁਸੀਂ ਗਰਮ ਗਰਮ ਜਿਹਾ ਦੁੱਧ ਹਰ ਚੀਜ਼ ਲੱਗਦੀ ਕਾਪਾ ਚੀਨੋ ਇੱਧਰ ਹੀ ਪਾ ਦੇ ਵਾਹ ਜ਼ਰੂਰ ਟਰਾਈ ਲਾਓ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਪਿਲਾਓ ਬਹੁਤ ਸਵਾਦ ਬਣੀ ਹੈ ਜ਼ਰੂਰ ਟਰਾਈ ਲਾਇਓ ਘਰ ਦੇ ਵਿੱਚ ਯਕੀਨ ਕਰੋ ਬਹੁਤ ਜ਼ਿਆਦਾ ਕਿਆ ਕਾਪਾ ਚੀਨੋ ਇਹਦੇ ਬੁਰੇ ਜਿਹੜੀ ਘਰ ਦੇ ਚੀਜ਼ ਸ਼ੁੱਧ ਹੱਥਾਂ ਨਾਲ ਬਣਦੀ ਕਾਪਾ ਚੀਨੋ ਲੱਗੇ ਬਣਦੀ ਹੈ ਮੈਨੂੰ ਫੀਲ ਹੋ ਰਿਹਾ ਜਾਂ ਤੁਸੀਂ ਬਣਾ ਕੇ ਆਪ ਪੀਓਗੇ ਫਿਰ ਤੁਹਾਨੂੰ ਪਤਾ ਲੱਗੂ ਹੁਣ ਲਾਈਏ ਨਿੰਮੇ ਦਾ ਤੜਕਾ ਤੇ ਅੰਗ ਅੰਗ ਫੜਕਾ ਜਿੰਨੀ ਮਰਜ਼ੀ ਲੈ ਲਾ ਬਾਈ ਪਾਲਕ ਉਹ ਨਿੰਮੇ ਦਾ ਟੱਟੀਆਂ ਲਾਉਣੀਆਂ ਉਹ ਟੱਟੀਆਂ ਨਹੀਂ ਲੱਗਦੀਆਂ ਇਹ ਤਾਂ ਇਹਦੇ ਨਾਲ ਕਿਹਾ ਹਰੀ ਚਾਪਜੀ ਇਹਦੇ ਨਾਲ ਟੱਟੀਆਂ ਨਹੀਂ ਲੱਗਣੀਆਂ ਹੁਣ ਗਰਮੀ ਹੈ ਜੇ ਬਾਥੂ ਹੁੰਦਾ ਨਾ ਉਹ ਲਾਉਂਦਾ ਟੱਟੀਆਂ ਫਿਰ ਅੰਦਰ ਖੋਲਦਾ ਉਹ
ਕਰਦੇ ਆਪੇ ਦੇ ਦੇ ਜਿੰਨੀ ਦੇਣੀ ਆ ਚੱਕ ਲੈ ਬਾਈ ਜਿਹੜੀ ਚੱਕ ਲੈ ਹਾਂ ਥੋੜੇ ਤਾਂ ਮਾੜੇ ਮਾੜੇ ਕੱਪੜੇ ਬਣਾਉਣੇ ਆ ਅੱਜ ਅੱਜ ਪਾਲਕ ਬਣਾਓ ਕਰਦੇ ਦੇ ਦੇ ਕਰ ਬਾਪੂ ਕਹਿੰਦਾ ਆਲੂ ਪਾਲਕ ਬਣਾਇਓ ਅੱਜ ਆਲੂ ਪਾਲਕ ਬਣਾਉਂਗੇ ਆਲੂ ਪਾਲਕ ਨਹੀਂ ਬਾਪੂ ਬਣਾਉਣੇ ਆ ਪਾਲਕ ਪਨੀਰ ਹਾਂ ਇਹ ਬਾਪੂ ਦਾ ਮੈਂ ਪਾਲਕ ਆਲੂ ਨਹੀਂ ਮੈਂ ਆ ਤੈਨੂੰ ਮੈਂ ਵੀ ਇੱਕ ਚੀਜ਼ ਦਵਾਂ ਆ ਲੈ ਅੱਜ ਮੇਰੇ ਨਾਲ ਹੀ ਆ ਜਾ ਤੂੰ ਆ ਤੈਨੂੰ ਮੈਂ ਵੀ ਚੀਜ਼ ਦਵਾਂ ਨਾਲ ਤੇਰੇ ਬਾਪੂ ਨੂੰ ਖਾਣਦੇ ਆ ਬਾਈ ਤਾਂ ਨਹੀਂ ਖਾਂਦਾ ਨੌਨ ਵੈਜ ਵੈਜ ਨੌਨ ਵੈਜ ਖਾਂਦਾ ਆ ਲੈ ਆਉਂਦਾ ਫਿਰ ਚੀਜ਼ ਆ ਕੇ ਮੈਂ ਆ ਜਾਓ ਫਿਰ ਹੈਂ ਦੇ ਦੇ ਉਹ ਮੈਂ ਤਾਂ ਇੰਨੀ ਕੁ ਬਣਾਉਣੀ ਜਿੰਨੀ ਉੱਥੇ ਇੰਨੀ ਕੁ ਬਣਨੀ ਬਹੁਤ ਹੈ ਨਿਮੇ ਬਹੁਤ ਆ ਬਹੁਤ ਆ ਇੰਨੀ ਕੁ ਬਹੁਤ ਬਹੁਤ ਅੰਦਰ ਰੱਖ ਦੇ ਮੈਂ ਕਾਫੀ ਬਣਾ ਕੇ ਦੇ ਤੂੰ ਪਹਿਲਾਂ ਫੋਨ ਕਰ ਦਿੰਦਾ ਨਾ ਮੈਨੂੰ ਥਾਲੀ ਵਿੱਚ ਇਹਦੇ ਵਿੱਚ ਰੱਖ ਦੇ ਪਲਾਸਟਿਕ ਜੋੜੇ ਚ ਇਹ ਕਰ ਗਿਆ ਅੰਦਰ ਉੱਪਰ ਤਾਂ ਗਰਨਾ ਨਹੀਂ ਲੈ ਇਹ ਵਿੱਚ ਰੱਖ ਜੇ ਤੂੰ ਪਹਿਲਾਂ ਆ ਜਾਂਦਾ ਨਾ ਤਾਂ ਤੂੰ ਕਾਫੀ ਬਣਾ ਦੇਣੀ ਤੇ ਯਾਰ ਮੈਂ ਪੀਣੀ ਤਾਂ ਦੱਸ ਦੇ ਪੀਣੀ ਨਹੀਂ ਨਹੀਂ ਚੱਲ ਮੈਂ ਤੈਨੂੰ ਦੂਜਾ ਦਿੰਦਾ ਸਮਾਨ ਮੁਰਗੇ ਦਾ ਤੜਕਾ ਮੈਂ ਨਿੰਮ ਨੂੰ ਦੇਣ ਲੱਗਾ ਚਿਕਨ ਸਲਾਮੀ ਮਸਾਲਾ ਠੀਕ ਹੈ ਤੇ ਇਹ ਖਾ ਜਾ ਕੇ ਨਾਲੇ ਬਾਪੂ ਨੂੰ ਖਵਾ ਨਾਲੇ ਆਪਣੇ ਬਾਈ ਨੂੰ ਖਵਾ ਐਲਰਜੀ ਆਵੇ ਐਨਰਜੀ ਆਵੇ ਥੋੜੀ ਜੀ ਆ ਤੁਹਾਨੂੰ ਦਿੰਦਾ ਇੱਕ ਵਾਰ ਤੂੰ ਖਾ ਕੇ ਤਾਂ ਦੇਖ ਲੈ ਤੈਨੂੰ ਸਵਾਦ ਵੀ ਲੱਗਦੀ ਆ ਪਤਾ ਖਾ ਕੇ ਦੇਖ ਲੈ ਸਵਾਦ ਤੱਤੀ ਕਰਕੇ ਉਬਾਲਿਆ ਹੁੰਦਾ ਇਹ ਉਬਾਲਿਆ ਹੋਇਆ ਹਾਂ ਬ੍ਰੈਡਾਂ 'ਚ ਭਰ ਕੇ ਖਾ ਲੈਂਦੇ ਆ ਖਾ ਕੇ ਦੇਖ ਕਿਆ ਚੀਜ਼ ਨਾਲੇ ਜੜ੍ਹ 'ਚ ਨਹੀਂ ਫਸਣੀ ਇਹ ਸਵਾਦ ਮੁਰਗਾ 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 ਉਬਾਲਿਆ ਹੋਇਆ ਸਵਾਦ ਨਹੀਂ ਮੁਰਗਾ ਇਹ ਸੀਕਰਟ ਮੀਟਿੰਗ ਚੱਲ ਰਹੀ ਸਾਡੀ ਕੱਲ ਦਾ ਪਲਾਨ ਚੱਲ ਰਿਹਾ ਵੀ ਕਿਆ ਕਰਨਾ ਸੀ ਠੀਕ ਆ ਕੱਲ ਜਿਹੜਾ ਸਾਡਾ ਟੂਰ ਹੈ ਇੱਕ ਚਿੱਪ ਜਿਹਾ ਪਲਾਨ ਸਾਡਾ ਹੁਣ ਅਸੀਂ ਜ਼ਿਆਦਾ ਹੱਲੜ ਵੱਜਣੀ ਜੀ ਨਹੀਂ ਕਰਨੀ ਇਹ ਜੀ ਹੁਣ ਸਸਤੇ 'ਚ ਸਾਰਨਾ ਚਾਹੁੰਦੇ ਹਾਂ ਅਸੀਂ ਠੀਕ ਹੈ ਇਹ ਤਾਂ ਹੈ ਮੈਂ ਸੋਚਣਾ ਵਾਲਾ ਵੱਧੇ ਘੱਟ ਚੱਲਦੇ ਰਹਿੰਦੇ ਆ ਜ਼ਿੰਦਗੀ ਦਾ ਦਸਤੂਰ ਆ ਇਹ ਤਾਂ ਹੈਗਾ ਬਾਈ ਯਾਰ ਮੈਂ ਉੱਥੇ ਥਾਈਲੈਂਡ ਉਦੋਂ ਪਾ ਦਾਂ ਵੀਅਤਨਾਮ ਦਾ ਟੂਰ ਯਾਰ ਹੈ ਨਾ ਬੰਦੇ ਨਾਲ ਗੱਲਬਾਤ ਕਰਦਾ ਮੈਂ ਵੀਅਤਨਾਮ ਦਾ ਟੂਰ ਪਾ ਦੇਣੇ ਇੱਕ ਡੇਟ ਯਾਰ ਦੇਖੀ ਕਿੰਨੇ ਕੁ ਬੰਦੇ ਮਿਲਦੇ ਆਪਾਂ ਨੂੰ ਮਿਲ ਜਾਣੇ ਬਾਈ ਹੁਣ ਤਾਂ ਵਿਹਲੇ ਹੋ ਜਾਣਾ ਸਭ ਨੇ ਹਾਂ ਵਿਹਲੇ ਕਣਕ ਦਾ ਕਿੰਨਾ ਟਾਈਮ ਸੀਜ਼ਨ ਬਾਅਦ ਕਣਕ ਦਾ ਹੁਣ ਚੱਲਣ ਲੱਗਿਆ ਵਿਸਾਖੀ ਦੇ ਬਾਅਦ ਸੀਜ਼ਨ ਚੱਲ ਪਿਆ ਪਹਿਲੀ ਮਈ ਦਾ ਪਾ ਦਾਂ ਇੱਕ ਮਈ ਤੋਂ ਲੈ ਕੇ ਮਈ ਦਾ ਪਾ ਮਈ ਦਾ ਨਹੀਂ ਬਾਈ ਫਿਰ ਮਈ 'ਚ ਤਾਂ ਕਣਕ ਵੱਢ ਹੋਣੀ ਹੈ ਕਣਕ ਤਾਂ ਆਈ ਹਫ਼ਤੇ ਤੱਕ ਆਹੋ ਜਣੀ ਆਹ ਜਿਹੜਾ ਮਹੀਨਾ ਨਾ ਇਹਦੇ 'ਚ ਕਣਕਾਂ ਵੱਢ ਹੋਣੀਆਂ ਇੱਕ ਮਹੀਨਾ ਲੱਗ ਜਾਣਾ ਵੈਸੇ ਇੱਕ ਮਹੀਨਾ ਕਿ ਕਣਕਾਂ ਗਿਰੀਆਂ ਹੋਈਆਂ ਹੌਲੀ ਹੌਲੀ ਪੱਕਣੀਆਂ ਉੱਧਰ ਮੇਰਾ ਹੇਮਕੁੰਡ ਸਾਹਿਬ ਦੇ ਰਾਹ ਖੁੱਲ ਜਾਣਾ ਯਾਰ ਫਿਰ ਉੱਧਰ ਜਾਇਆ ਹੀ ਪਹਿਲਾਂ ਉੱਧਰ ਜਾਇਆ ਤੂੰ ਮੈਨੂੰ ਦਰਸ਼ਕੋ ਦੱਸੋ ਵੀ ਕਿਹੜੀ ਡੇਟ ਬੈਟਰ ਰਹੂਗੀ ਵੀਅਤਨਾਮ ਜਾਣ ਵਾਸਤੇ ਵਿੱਚ ਕੋਈ ਤਿਉਹਾਰ ਲਾਉਂਦਾ ਹੋਵੇ ਅਤੇ ਦਿਨ ਵੀ ਵਧੀਆ ਹੋਣ ਚਾਰ ਨਾਈਟ ਦੀ ਸਟੇ ਆ ਵੀਅਤਨਾਮ ਬਸ ਅਤੇ ਪੈਕੇਜ ਬਣ ਰਿਹਾ ਆਪਾਂ ਨੂੰ 36,000 ਦਾ ਮੈਂ ਥੋੜ੍ਹਾ ਹੋਰ ਘਟਾਊਂਗਾ ਮੈਂ ਠੀਕ ਹੈ ਤੇ 36,000 ਦਾ ਪੈਕੇਜ ਬਣ ਰਿਹਾ ਵੀਅਤਨਾਮ ਦੇ ਡੇਟ ਫਾਈਨਲ ਹੋਣੀ ਬਸ ਸਾਡੀ ਵਧੀਆ ਇਲਾਕਾ ਇੱਕ ਵਾਰੀ ਦੇਖੋਗੇ ਤੁਸੀਂ ਕਹਿਣਾ ਅਸੀਂ ਤਾਂ ਅਮਰੀਕਾ ਕੈਨੇਡਾ ਹੀ ਆ ਗਏ ਉਹਦੇ ਵਿੱਚ ਆਪਾਂ ਨੂੰ ਹੈਗਾ ਕਿਆ ਕਹਿੰਦੇ ਹੁੰਦੇ ਆ ਅਪ ਐਂਡ ਡਾਊਨ ਹੈ ਅਤੇ ਹੋਟਲ ਬੁਕਿੰਗ ਹੈ ਬ੍ਰੇਕਫਾਸਟ ਹੈ ਅਤੇ ਇੱਕ ਦੋ ਜੂ ਵਿੱਚ ਜਗ੍ਹਾ ਘੁਮਾਉਣ ਦਾ ਬਸ ਪਿਕਅਪ ਡਰੋਪ ਹੈ ਵਿੱਚੇ ਵੀਜ਼ਾ ਉਹਦੇ ਇਨਕਲੂਡ ਵੀਜ਼ਾ ਜਿਹੜਾ ਆਪਾਂ ਨੇ 3400 ਦਾ ਵੀਜ਼ਾ ਮਿਲਦਾ ਉੱਥੇ ਦਾ ਔਨਲਾਈਨ ਉਹ ਸਾਰਾ ਕਰਕੇ ਦੇਵਾਂਗੇ ਅਸੀਂ ਡੇਟ ਫਾਈਨਲ ਕਰ ਲਈ ਬੜੀ ਜੀ ਕੱਲ੍ਹ ਦਾ ਵੀ ਡੇਟ ਫਾਈਨਲ ਪਰਸੋਂ ਦੋ ਦਿਨਾਂ ਦੱਸਾਂ ਹੁਣ ਜਿਹੜੀ ਅਗਲੀ ਵੀਡੀਓ ਆਉਣਗੀਆਂ ਦਿਮਾਗ 'ਚ ਆਈਡੀਆ ਬਹੁਤ ਆ ਹੁਣ ਕਰਦੇ ਕੁਛ ਨਾ ਕੁਛ ਧਮਾਕਾ ਕਣਕ ਕਰਕੇ ਹੋ ਗਿਆ ਨਹੀਂ ਤਾਂ ਘੁੰਮਣਾ ਫਿਰਨੇ ਬਹੁਤ ਛੇਤੀ ਜਾਣਾ ਕਣਕ ਦਾ ਹੁਣ ਕਿਹੜੇ ਮਸ਼ੀਨੀ ਜੋਗਾ ਹੁਣ ਤਾਂ ਚੱਕਲੋ ਹੋ ਜਾਂਦੀ ਤਾਂ ਹੈਗੀ ਆ ਚੱਕਲੋ ਹੋ ਜਾਂਦੀ ਨੇ ਤੂੜੀਆਂ ਰੱਖਣੀਆਂ ਹੋ ਗਿਆ ਬਸ 1.5-2 ਕਿੱਲੇ ਵਾਲੇ ਨੂੰ ਤਾਂ ਤੂੜੀ ਦੀ ਲੋੜ ਆ ਚੱਲ ਦੇਖਦੇ ਹਾਂ ਕਰਦੇ ਕੁਛ ਜੁਗਾੜ ਜਾ ਯਾਰ ਮੈਂ ਫਰੇਮ 'ਚ ਆਉਂਦਾ ਨਹੀਂ ਹੈਗਾ ਚਲੋ ਇਹ ਵੀ ਕੰਮ ਜ਼ਰੂਰੀ ਆ ਭਰਾ ਵਾ ਕਣਕਾਂ ਦੇ ਵੀ ਕਹਿੰਦੇ ਜੇ ਹੁਣ ਕਹਿੰਦੇ ਨਿੰਮੇ ਦੇ ਸਿਰ ਪਰ ਵਿਊ ਲਈ ਜਾਂਦਾ ਨਾ ਬਾਈ ਵਿਊ ਬੁਆ ਕਿੱਥੇ ਸਾਨੂੰ ਤਾਂ ਕਿਹੜਾ ਦਿੰਦਾ ਸਾਨੂੰ ਕਿਹੜੇ ਵਿਊ ਦਿੰਦਾ ਕੋਈ ਨਹੀਂ ਦਿੰਦਾ ਬਾਈ ਕੋਈ ਨਹੀਂ ਦਿੰਦਾ ਬੰਦ ਕਰਤਾ ਲੋਕਾਂ ਦੇਖਣੀ ਬੰਦ ਕਰਤਾ ਬਾਈ ਸਾਨੂੰ ਕਹਿੰਦੇ ਹੁਣ ਵਿਊ ਨਹੀਂ ਆਉਂਦਾ ਹੋ ਜਾਂਦਾ ਮੈਂ ਯਾਰ ਦੇਖੋ ਪਹਿਲੀ ਗੱਲ ਤਾਂ ਨਾ ਦੋ ਚੀਜ਼ਾਂ ਆਪਣੇ 'ਚ ਕੱਢੀਆਂ ਹੋਈਆਂ ਇੱਕ ਮੈਂ ਟੈਨਸ਼ਨ ਨਹੀਂ ਕਰਦਾ ਜਾਵਾਂਗੀ ਜੋ ਮਰਜ਼ੀ ਹੋ ਜਾਵੇ ਠੀਕ ਹੈ ਦੂਜਾ ਗੁੱਸਾ ਨਹੀਂ ਕਰਦਾ ਜਾਵਾਂਗੇ ਅੱਜ ਵੀ ਦੋ ਤਿੰਨ ਕਮੈਂਟ ਜਿਹਾ ਬਾਈ ਇੱਕ ਬੰਦਾ ਕਹਿੰਦਾ ਤੈਨੂੰ ਬਾਈ ਵਿਊ ਆਉਣਾ ਨਾ ਆਉਣ ਤੈਨੂੰ ਅਸੀਂ ਦੇਖਣਾ ਹੀ ਦੇਖਣਾ ਹੁਣ ਕਿਆ ਕਰੀਏ ਦਿਖਾਉਣੇ ਪੈਂਦੇ ਆ ਅਸੀਂ ਤਾਂ ਹੁਣ ਦਿਖਾਉਣੀ ਦਿਖਾਉਣੀ ਆ ਚਾਹੇ ਵਿਊ ਆਵੇ ਨਾ ਨਾ ਆਵੇ ਬਾਈ ਅਸੀਂ ਤਾਂ ਦਿਖਾਉਣੀ ਦਿਖਾਉਣੀ ਆ ਹਾਂ
ਬਣ ਗਿਆ ਪ੍ਰੋਗਰਾਮਿੰਗ ਛੋਟਾ ਜਿਹਾ ਤੇ ਚੱਲੀਏ ਤੇ ਬਰਸਾਤ ਦਾ ਕੰਮ ਨਹੀਂ ਬਾਈ ਮਿੰਟਾਂ 'ਚ ਕੰਮ ਨਿਕਲੇ ਆਉਂਦਾ ਮਿੰਟਾਂ 'ਚ ਕੰਮ ਜਾਂ ਨਿਕਲ ਆਉਂਦਾ ਮੈਂ ਕਿਹਾ ਚੱਲ ਚੱਲਦੇ ਹਾਂ ਪਰ ਅੱਡੀ ਲੱਗਦੀ ਉਹਨੇ ਸਾਡੀ ਅੱਡੀ ਲੱਗਦੀ ਨਹੀਂ ਕੱਲੂ ਵੀ ਦੇਖਦਾ ਪਰ ਨਿੰਮਾ ਕੱਲੂ ਚੁਗਾ ਕੱਲੂ ਮੈਂ ਬਾਈ ਸਰੋਂ ਵੱਢਣੀ ਹੈ ਮੇਰੀ ਸਰੋਂ ਰਹਿੰਦੀ ਆ ਉਤੇ ਬਾਅਦ ਕਣਕ ਕੁਣਕ ਦੇ ਬੇ ਤੇ ਵਿਹਲੇ ਆ ਫੇਰ ਤਾਂ ਜਿੱਥੇ ਮਰਜ਼ੀ ਲਜਾਈ ਜਾਈ ਫੇਰ ਚਲ ਠੀਕ ਆ ਓਕੇ ਠੀਕ ਨਹੀਂ ਠੀਕ ਠੀਕ ਇੱਕ ਦੋ ਕੇ ਤਾਂ ਕੰਮ ਜ਼ਰੂਰੀ ਹੈ ਚਲ ਠੀਕ ਓਕੇ ਫੇਰ ਨਿੰਮਾ ਪਰਮੇਸ਼ਰ ਨੂੰ ਮਿਲ ਕੇ ਥਾਈਲੈਂਡ ਭਾਈ ਨਿੰਮਾ ਨਾਲ ਥਾਈ ਪਰਮੇਸ਼ਰ ਮਿਲ ਕੇ ਖੁਸ਼ ਹੋ ਗਿਆ ਉਹ ਕਿਉਂ ਆਖੋ ਟੀ-ਸ਼ਰਟ ਥਾਈਲੈਂਡ ਵਾਲੀ ਪਾਈ ਹੋਈ ਥਾਈਲੈਂਡ ਵਾਲੀ ਆ ਟੁਕ 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 ਵਾਲੀ ਟੁਕ ਟੁਕ ਥਾਈਲੈਂਡ